ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਮੈਂ ਸੁਖਦੀਪ ਘਰ ਲੈ ਕੇ ਹਾਜ਼ਰ ਫਨਕਾਰਾਂ ਦਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਫਨਕਾਰ ਦੀ ਗੱਲ ਕਰਦੇ ਹਾਂ ਉਸ ਦੇ ਜੀਵਨ ਦੇ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ ਜਾਂ ਫਿਰ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਸੰਘਰਸ਼ ਕਿਵੇਂ ਕੀਤਾ ਜ਼ਿੰਦਗੀ ਦੇ ਵਿੱਚ ਕਿਵੇਂ ਆਪਣੇ ਮਕਾਮ ਤੇ ਪਹੁੰਚੇ ਸੋ ਅੱਜ ਅਸੀਂ ਜਿਨ੍ਹਾਂ ਦੀ ਗੱਲਬਾਤ ਕਰਨੀ ਹੈ ਉਹਨਾਂ ਨੂੰ ਬਾਬਾ ਬੋੜ ਕਿਹਾ ਜਾਂਦਾ ਫਿਰ ਜਾਂ ਫਿਰ ਮਾਨਾਂ ਦਾ ਮਾਨ ਉਹਨਾਂ ਨੂੰ ਕਿਹਾ ਜਾਂਦਾ ਸੋ ਮਾਨਾਂ ਦਾ ਮਾਨ ਯਾਨੀ ਕਿ ਗੁਰਦਾਸ ਮਾਨ ਸਾਹਿਬ ਜਿਨ੍ਹਾਂ ਦੀ ਅੱਜ ਅਸੀਂ ਗੱਲ ਬਾਤ ਕਰਾਂਗੇ ਸੋ ਦੱਸਣਾ ਚਾਹਾਂਗੀ ਕਿ ਗੁਰਦਾਸ ਮਾਨ ਉਹਨਾਂ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ ਚ ਹੋਇਆ ਸੀ ਮੁਖਸਰ ਸਾਹਿਬ ਵਿਖੇ ਗਿੱਦੜਬਾਹਾ ਜੋ ਉੱਥੇ ਉਹਨਾਂ ਦਾ ਜਨਮ ਹੋਇਆ ਬੀਬੀ ਤੇਜਕੌਰ ਦੀ ਕੁੱਖੋਂ ਤੇ ਸਰਦਾਰ ਗੁਰਦੇਵ ਸਿੰਘ ਦੇ ਘਰ ਸੋ ਉਹਨਾਂ ਦਾ ਜਨਮ ਹੁੰਦਾ ਹੈ ਸਕੂਲ ਦੇ ਵਿੱਚ ਪੜਨ ਲੱਗ ਜਾਂਦੇ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਉਹਨਾਂ ਨੇ ਜੜੀ ਆਪਣੀ ਮੁਢਲੀ ਸਿੱਖਿਆ ਹੈ ਉਹ ਹਾਸਲ ਕੀਤੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੋ ਮੁਢਲੀ ਸਿੱਖਿਆ ਜਦੋਂ ਆਪਣੀ ਉਹ ਲਹਿਰੇ ਸੀ ਉਸੇ ਟਾਈਮ ਤੋਂ ਇਸ ਚੀਜ਼ ਦੇ ਵੱਲ ਉਹਨਾਂ ਦਾ ਰੁਝਾਨ ਜਿਹੜਾ ਵਧਦਾ ਗਿਆ ਗਾਉਣ ਦਾ ਸ਼ੌਂਕ ਪੈਦਾ ਹੁੰਦਾ ਗਿਆ ਸਕੂਲ ਦੇ ਵਿੱਚ ਬਾਲ ਸਭਾ ਦੇ ਵਿੱਚ ਗਾਉਣਾ ਛੋਟੇ-ਮੋਟੇ ਫੰਕਸ਼ਨ ਹੋਣੇ ਉਦੋਂ ਗਾਉਣਾ ਫਿਰ ਹੌਲੀ-ਹੌਲੀ ਗ੍ਰੈਜੂਏਸ਼ਨ ਦੇ ਵੱਲ ਵਧੇ ਗ੍ਰੈਜੂਏਸ਼ਨ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਹੈ ਕਿ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਬਹੁਤ ਸਾਰੇ ਫੰਕਸ਼ਨਸ ਹੁੰਦੇ ਨੇ ਕਾਲਜ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਫੰਕਸ਼ਨ ਦੇ ਵਿੱਚ ਗਾਇਆ ਕੰਪੀਟੀਸ਼ਨਸ ਦੇ ਵਿੱਚ ਗਾਇਆ ਔਰ ਜੋ ਵੀ ਫੰਕਸ਼ਨ ਉਸ ਟਾਈਮ ਹੁੰਦੇ ਸੀ ਉਹਨਾਂ ਦੇ ਵਿੱਚ ਆਪਣੀ ਪਰਫਾਰਮੈਂਸ ਜਿਹੜੀ ਜ਼ਰੂਰ ਦਿੰਦੇ ਸੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ पीएचडी ਕੀਤੀ ग्रेजुएशन कंप्लीट हुई फिर उन्होंने पीएचडी कीती म्यूजिक ਦੇ ਵਿੱਚ ਕਿਉਂਕਿ ਉਹ म्यूजिक ਦੇ ਵੱਲ ਵਧਣਾ ਚਾਹੁੰਦੇ ਸੀ म्यूजिक ਦੇ ਵਿੱਚ ਉਹਨਾਂ ਦੀ ਲਗਨ ਸੀ ਫਿਰ म्यूजिक ਦੀ ਸਿੱਖਿਆ ਉਹਨਾਂ ਨੇ ਹਾਸਲ ਕੀਤੀ ਗੁਰਦਾਸ ਮਨ ਸਾਹਿਬ ਤੇ ਬੀਬੀ ਮਨਜੀਤ ਕੌਰ ਯਾਨੀ ਕਿ ਉਹਨਾਂ ਦੀ ਤਰਮ ਪਤਨੀ ਦੋਨਾਂ ਦਾ ਮੇਲ ਜਦੋਂ ਹੁੰਦਾ ਹੈ ਕਾਲਜ ਦੇ ਵਿੱਚ ਹੀ ਹੁੰਦਾ ਹੈ ਕਿਉਂਕਿ ਜਦੋਂ ਕਾਲਜ ਦੇ ਵਿੱਚ ਗੁਰਦਾਸਮਨ ਸਾਹਿਬ ਪੜ੍ਹਦੇ ਸੀ ਤਾਂ ਉਸੇ ਕਾਲਜ ਦੇ ਵਿੱਚ ਮਨਜੀਤਕੌਰ ਜੀ ਹਾਕੀ ਬਹੁਤ ਵਧੀਆ ਖੇਡਦੇ ਸੀ ਉਹਨਾਂ ਦੀ ਖੇਡ ਬਹੁਤ ਜ਼ਿਆਦਾ ਮੰਨੀ ਪਰਮੰਨੀ ਖੇਡ ਮੰਨੇ ਜਾਂਦੇ ਸੀ ਕਿਉਂਕਿ ਹਾਕੀ ਜਿਹੜੀ ਸਾਰਿਆਂ ਨੂੰ ਪਸੰਦ ਸੀ ਸੋ ਹਾਕੀ ਦੇ ਵਿੱਚ ਬੀਬੀ ਮਨਜੀਤਕੌਰ ਜਿਹੜੇ ਆਪਣੇ ਬਹੁਤ ਵਧੀਆ ਪ੍ਰਦਰਸ਼ਨ ਦਿਖਾਉਂਦੇ ਸੀ ਔਰ ਨਾਮ ਸੀ ਮਨਜੀਤਕੌਰ ਦਾ ਹਾਕੀ ਦੇ ਵਿੱਚ ਜੋ ਖਿਡਾਰੀ ਸੀ ਕਿਉਂਕਿ ਜਿਸ ਖੇਡ ਨੂੰ ਕੋਈ ਖਿਡਾਰੀ ਵਧੀਆ ਖੇਡਦਾ ਫਿਰ ਉਸ ਖਿਡਾਰੀ ਨੂੰ ਬਹੁਤ ਜ਼ਿਆਦਾ ਯਾਦ ਕੀਤਾ ਜਾਂਦਾ ਹੈ ਕਾਲਜ ਦੇ ਵਿੱਚ ਜਾਂ ਫਿਰ ਉਸ ਦਾ ਨ ਬਹੁਤ ਜ਼ਿਆਦਾ ਮਸ਼ਹੂਰ ਹੁੰਦਾ ਹੈ ਇਸੇ ਤਰ੍ਹਾਂ ਹੀ ਬੀਬੀ ਮਨਜੀਤ ਕੌਰ ਹਾਕੀ ਵੀ ਖੇਡਦੇ ਸੀ ਕਲਚਰਲ ਐਕਟੀਵਿਟੀਆਂ ਦੇ ਵਿੱਚ ਵੀ ਵੱਧ ਛੜ ਕੇ ਹਿੱਸਾ ਲੈਂਦੇ ਸੀ ਯਾਨੀ ਕਿ ਉਹਨਾਂ ਨੂੰ ਕਲਚਰਲ ਐਕਟੀਵਿਟੀਆਂ ਦੇ ਵਿੱਚ ਹਿੱਸਾ ਲੈਣਾ ਬਹੁਤ ਵਧੀਆ ਲੱਗਦਾ ਸੀਗਾ ਆਪਣਾ ਪ੍ਰਦਰਸ਼ਨ ਦੇਣਾ ਬਹੁਤ ਵਧੀਆ ਲੱਗਦਾ ਸੀ ਚੰਗੀ ਪ੍ਰਦਰਸ਼ਨ ਜਿਹੜੀ ਉਹਨਾਂ ਨੇ ਆਪਣੇ ਚੰਗੇ ਪ੍ਰਦਰਸ਼ਨ ਦੇ ਨਾਲ ਆਪਣਾ ਨਾਮ ਬਣਾਇਆ ਸੀ ਕਾਲਜ ਦੇ ਵਿੱਚ ਉੱਥੇ ਹੀ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਗੁਰਦਾਸ ਮਾਨ ਸਾਹਿਬ ਦੇ ਨਾਲ ਉਸ ਤੋਂ ਬਾਅਦ ਉਹਨਾਂ ਦਾ 1980 ਦੇ ਵਿੱਚ ਵਿਆਹ ਹੋ ਜਾਂਦਾ ਹੈ ਵਿਆਹ ਦੇ ਬੰਧਨ ਦੇ ਵਿੱਚ ਵੱਜ ਜਾਂਦੇ ਨੇ ਔਰ ਉਸੇ ਸਾਲ ਯਾਨੀ ਕਿ 1980 ਦੇ ਵਿੱਚ ਦਿਲ ਦਾ ਮਾਮਲਾ ਗੀਤ ਪਹਿਲਾ ਗੀਤ ਜਿਹੜਾ ਗੁਰਦਾਸ ਮਨ ਸਾਹਿਬ ਦਾ ਦਿਲ ਦਾ ਮਾਮਲਾ ਉਹ ਦੂਰਦਰਸ਼ਨ ਤੇ ਆਇਆ ਔਰ ਇਸ ਗੀਤ ਨੇ ਇੱਕ ਵੱਖਰਾ ਜਿਹਾ ਰੰਗ ਬਨ ਦਿੱਤਾ ਆਡੀਅנס ਦੇ ਨਾਲ ਕਿਉਂਕਿ ਇਹ ਗੀਤ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਔਰ ਉਸ ਤੋਂ ਸ਼ੁਰੂਆਤ ਹੋ ਗਈ ਗੁਰਦਾਸ ਮਨ ਸਾਹਿਬ ਦੀ ਸੰਗੀਤਕ ਸਫ਼ਰ ਤੇ ਵਿੱਚ ਦੋਸਤੋ ਇੱਥੇ ਮੈਂ ਦੱਸਣਾ ਚਾਹੁੰਨੀ ਆ ਕਿ ਆਪਣੀ ਗ੍ਰੈਜੂਏਸ਼ਨ ਕੰਪਲੀਟ ਹੋਣ ਤੋਂ ਬਾਅਦ ਗੁਰਦਾਸ ਮਨ ਸਾਹਿਬ ਨੇ ਬਿਜਲੀ ਬੋਰਡ ਦੇ ਵਿੱਚ ਕੰਮ ਕੀਤਾ ਕੁਝ ਸਮਾਂ ਸੋਨਾ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਕੰਮ ਕੀਤਾ ਪਰ ਉਹਨਾਂ ਦਾ ਰੁਝਾਨ ਜ਼ਿਆਦਾ ਗਾਇਕੀ ਵੱਲ ਸੀ ਸੋ ਗਾਇਕੀ ਨੂੰ ਉਹਨਾਂ ਨੇ ਨਾਲ-ਨਾਲ ਜਾਰੀ ਰੱਖਿਆ ਗਾਇਕੀ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਰਿਹਰਸਲਸ ਕਰਨੀਆਂ ਔਰ ਆਪਣਾ ਜਿਹੜਾ ਅਭਿਆਸ ਕਰਨਾ ਉਹ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਕਿ ਗਾਇਕੀ ਕਿਤੇ ਨਾ ਕਿਤੇ ਉਹਨਾਂ ਤੋਂ ਛੁੱਟ ਨਾ ਜਾਵੇ ਕਿਉਂਕਿ ਗਾਇਕੀ ਦੇ ਵਿੱਚ ਉਹਨਾਂ ਦਾ ਰੁਝਾਨ ਸੀ ਜਿਸ ਚੀਜ਼ ਦੇ ਵਿੱਚ ਰੁਝਾਨ ਹੁੰਦਾ ਹੈ ਉਸ ਚੀਜ਼ ਦੇ ਵੱਲ ਵਾਕਈ ਬੱਚਾ ਜਿਹੜਾ ਖਿੱਚਿਆ ਜਾਂਦਾ ਹੈ ਉਸ ਦੇ ਵਿੱਚ ਇੰਟਰਸਟ ਹੋ ਜਾਂਦਾ ਹੈ ਫਿਰ ਜਦੋਂ ਇੰਟਰਸਟ ਪੈਦਾ ਹੁੰਦਾ ਹੈ ਤੇ ਉਹ ਚੀਜ਼ ਤੁਸੀਂ ਜਦੋਂ ਦਿਲ ਤੋਂ ਕਰਦੇ ਹੋ ਔਰ ਚੰਗਾ ਪ੍ਰਦਰਸ਼ਨ ਜਦੋਂ ਕਰਦੇ ਹੋ ਤਾਂ ਵਾਕਈ ਜਿਹੜੀ ਆਡੀਅנס ਹੈ ਉਸ ਨੂੰ ਮੰਨ ਲੈਂਦੀ ਹੈ ਉਸ ਨੂੰ ਜਿਹੜਾ ਅਪਣਾ ਲੈਂਦੀ ਹੈ ਇਸੇ ਤਰ੍ਹਾਂ ਗੁਰਦਾਸ ਮਾਨ ਸਾਹਿਬ ਨੇ ਆਪਣੀ 뮤직 ਦੀ ਜਿਹੜੀ ਸੰਗੀਤਕ ਸਫਰ ਸੀ ਆਪਣਾ 뮤직 ਸੀ 뮤직 ਦੀ ਸਟੱਡੀ ਦੇ ਵਿੱਚ ਆਪਣਾ ਪੂਰਾ ਪੂਰਾ ਜਿਹੜਾ 100% ਦਿੱਤਾ ਔਰ ਉੱਥੇ ਹੀ ਉਹਨਾਂ ਨੇ ਆਪਣੀ ਗਾਇਕੀ ਦਾ ਸਫਰ ਦੇ ਵੱਲ વાਦ ਦੇ ਤੁਰਦੇ ਗਏ ਮਿਹਨਤ ਕਰਦੇ ਗਏ ਕਿਉਂਕਿ ਮਿਹਨਤ ਤੋਂ ਬਿਨਾ ਬੰਦਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਸੋ ਬਹੁਤ ਸਾਰੇ ਹਿੱਟ ਗੀਤ 1986 ਦੇ ਵਿੱਚ ਦਿੱਤੇ ਮਾਮਲਾ ਗੜਬੜ ਹੈ ਸੋ ਦਿਲ ਦਾ ਮਾਮਲਾ ਲਾ ਗੀਤ ਛੱਲਾ ਗੀਤ ਉਹਨਾਂ ਨੇ ਦਿੱਤਾ ਔਰ ਇਸ ਨੂੰ ਲੇਜੈਂਡਰੀ 뮤జిక్ ਡਾਇਰੈਕਟਰ ਜਗਜੀਤ ਸਿੰਘ ਨੇ ਡਾਇਰੈਕਟ ਕੀਤਾ ਸੀਗਾ ਔਰ ਇਹ ਗੀਤ ਜਿਹੜੇ ਆਡੀਅנס ਦੇ ਵੱਲੋਂ ਵਾਕਈ ਇਹਨਾਂ ਨੂੰ ਪਸੰਦ ਕੀਤਾ ਗਿਆ ਔਰ ਇਸ ਗੀਤ ਨੂੰ ਸੁਣ ਕੇ ਅਪਣਾ ਲਿਆ ਗੁਰਦਾਸ ਮਨ ਸਾਹਿਬ ਨੂੰ ਸਾਰੀ ਆਡੀਅੰਸ ਨੇ ਗੁਰਦਾਸਮਨ ਸਾਹਿਬ ਨੇ ਜਿੱਥੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੇ ਗੀਤਾਂ ਦੇ ਨਾਲ ਛੜੀ ਲਾਈ ਯਾਨੀ ਕਿ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਉਹਨਾਂ ਦੇ ਗੀਤਾਂ ਨੂੰ ਪਸੰਦ ਕੀਤਾ ਉੱਥੇ ਹੀ ਗੁਰਦਾਸਮਨ ਸਾਹਿਬ ਨੇ ਆਪਣੀ ਕਲਮ ਦੇ ਨਾਲ ਬਹੁਤ ਸਾਰੇ ਗੀਤ ਵੀ ਲਿਖੇ ਔਰ ਬਹੁਤ ਵਧੀਆ ਕੋਰੀਓਗ੍ਰਾਫਰ ਵੀ ਨੇ ਉਹ ਔਰ ਗੀਤ ਜਿਹੜੇ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਪੇਸ਼ ਕਰਦੇ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਉਹਨਾਂ ਨੇ ਰੌਸ਼ਨ ਕੀਤਾ ਹੈ ਔਰ ਇੱਥੇ ਇਹ ਵੀ ਦੱਸਣਾ ਚਾਹਾਂਗੀ ਕੱਲੇ ਗੀਤ ਹੀ ਨਹੀਂ ਗਾਏ ਉਹਨਾਂ ਨੇ ਉਹ ਕੱਲੇ ਸਿੰਗਰ ਨਹੀਂ ਸੀ ਉਹਨਾਂ ਨੂੰ ਅਦਾਕਾਰੀ ਦੇ ਵਿੱਚ ਵੀ ਹੱਥ ਅਜ਼ਮਾਉਣਾ ਬਾਕੀ ਸੀਗਾ ਸੋ ਉਹਨਾਂ ਨੇ ਅਦਾਕਾਰੀ ਦੇ ਵਿੱਚ ਵੀ ਬਹੁਤ ਸੋਹਣੇ ਜਿਹੜੇ ਕਿਰਦਾਰ ਨਿਭਾਏ ਔਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਭਾਵੇਂ ਉਹ ਸ਼ਹੀਦ ਦੇ ਮੁਹੱਬਤ ਪੂਤਾ ਸਿੰਘ ਹੋਵੇ ਜਾਂ ਫਿਰ ਹੋਵੇ ਵਾਰਿਸ ਸ਼ਾ ਇਸ਼ਕ ਦਾ ਵਾਰਿਸ ਜਾਂ ਫਿਰ ਸ਼ਹੀਦ ਉਦਮ ਸਿੰਘ ਫਿਲਮ ਹੋਵੇ ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਉਚਾਦਰ ਬਾਬੇ ਨਾਨਕ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੋ ਇਸ ਫਿਲਮ ਨੂੰ ਵੀ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਔਰ ਇੱਥੇ ਵੀ ਦੱਸਣਾ ਚਾਹਨੀ ਆ ਕਿ ਦਿਲ ਦਾ ਮਾਮਲਾ ਫਿਲਮ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ ਨੇ ਬਤਾਰ ਐਕਟ੍ਰੈਸ ਉਸ ਮੂਵੀ ਦੇ ਵਿੱਚ ਕੰਮ ਕੀਤਾ ਸੀ ਕਮਲੀ ਯਾਰ ਦੀ ਕਮਲੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਉਹਨਾਂ ਦੇ ਧਰਮ ਪਤਨੀ ਯਾਨੀ ਕਿ ਬੀਬੀ ਮਨਜੀਤ ਕੌਰ ਜੋ ਨੇ ਉਹ ਬਹੁਤ ਵਧੀਆ ਡਾਇਰੈਕਟਰ ਨੇ ਉਹਨਾਂ ਨੇ ਬਹੁਤ ਬਸਰੀਆਂ ਫਿਲਮਾਂ ਜਿਹੜੀਆਂ ਨੇ ਡਾਇਰੈਕਟ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਦਿਲਵਿਲ ਪਿਆਰ ਵਿਯਾਰ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਨ੍ਹਾਂ ਨੂੰ ਆਡੀਅנס ਨੇ ਅਪਣਾ ਲਿਆ ਔਰ ਉਹਨਾਂ ਨੇ ਪ੍ਰੋਡਿਊਸ ਕੀਤੀਆਂ ਦੋ ਫਿਲਮਾਂ ਜਿਨ੍ਹਾਂ ਦੇ ਵਿੱਚ ਸ਼ਹੀਦ ਦੇ ਮੁਹੱਬਤ ਭੂਟਾ ਸਿੰਘ ਔਰ ਇੱਕ ਹੋਰ ਫਿਲਮ ਵਾਰਿਸ ਸ਼ਾ ਇਸ ਨੂੰ ਉਹਨਾਂ ਨੇ ਪ੍ਰੋਡਿਊਸ ਕੀਤਾ ਸੀ ਔਰ ਇਹ ਫਿਲਮਾਂ ਆਡੀਅנס ਦੇ ਵੱਲੋਂ ਵਾਕਈ ਅਪਣਾ ਲਈਆਂ ਗਈਆਂ ਬਹੁਤ ਸਾਰਾ ਪਿਆਰ ਦਿੱਤਾ ਔਰ ਬਹੁਤ ਹੀ ਪਸੰਦ ਕੀਤੀਆਂ ਗਈਆਂ ਇਹ ਫਿਲਮਾਂ ਜਿਸ ਦੇ ਵਿੱਚ ਆਪਣੇ ਕਿਰਦਾਰ ਦੇ ਨਾਲ ਰੰਗ ਬੰਨ ਦਿੱਤੇ ਸੀ ਗੁਰਦਾਸ ਮਨ ਸਾਹਿਬ ਨੇ ਗੁਰਦਾਸ ਮਨ ਸਾਹਿਬ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਆਪਣੀ ਕਲਮ ਦੇ ਨਾਲ ਆਪਣੀ ਕੋਰੀਓਗ੍ਰਾਫੀ ਦੇ ਨਾਲ ਆਡੀਅੰਸ ਦੇ ਦਿਲਾਂ ਤੇ ਰਾਜ ਕੀਤਾ ਹੈ ਉੱਥੇ ਹੀ ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕੀਤਾ ਹੈ ਸੋ ਇੱਥੇ ਇਹ ਵੀ ਗੱਲ ਕਰਾਂਗੀ ਕਿ ਪੰਜਾਬੀ ਮਾਂ ਬੋਲੀ ਦੇ ਨਾਲ-ਨਾਲ ਉਹਨਾਂ ਨੂੰ ਹਿੰਦੀ ਭਾਸ਼ਾ ਆਉਂਦੀ ਹੈ ਬੰਗਾਲੀ ਆਉਂਦੀ ਹੈ ਤਾਮਿਲ ਆਉਂਦੀ ਹੈ ਹਰਿਆਣਵੀ ਤੇ ਰਾਜਸਥਾਨੀ ਭਾਸ਼ਾ ਦੇ ਵਿੱਚ ਵੀ ਉਹਨਾਂ ਦਾ ਹੱਥ ਜਿਹੜਾ ਬਹੁਤ ਵਧੀਆ ਹੈ ਸਾਰੀਆਂ ਭਾਸ਼ਾਵਾਂ ਤੇ ਉਹਨਾਂ ਦੀ ਕਮਾਂਡ ਹੈ ਸੋ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਉਂਦੀਆਂ ਨੇ ਜਿੱਥੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕੀਤਾ ਹੈ ਉੱਥੇ ਹੀ ਉਹਨਾਂ ਨੇ ਆਪਣੀਆਂ ਫਿਲਮਾਂ ਦੇ ਵਿੱਚ ਅਦਾਕਾਰੀ ਦੇ ਨਾਲ ਵੀ ਇੱਕ ਫਿਲਮਾਂ ਦਾ ਨਵਾਂ ਅੰਗਜ ਜਿਹੜਾ ਹੈ ਉਹ ਲਿਆਂਦਾ ਸੋ ਸਾਰੀਆਂ ਫਿਲਮਾਂ ਬਹੁਤ ਜ਼ਿਆਦਾ ਪਸੰਦ ਕੀਤੀਆਂ ਗਿਆ ਆਡੀਅנס ਦੇ ਵੱਲੋਂ ਇੱਥੇ ਦੱਸਣਾ ਚਾਹਾਂਗੀ ਬਹੁਤ ਸਾਰੇ ਅਵਾਰਡਸ ਜਿਹੜੇ ਨੇ ਉਹ ਗੁਰਦਾਸ ਮਨ ਸਾਹਿਬ ਨੂੰ ਮਿਲੇ ਨੇ ਸੋ ਯੂਰੀਜ਼ ਅਵਾਰਡ ਉਹਨਾਂ ਨੂੰ ਮਿਲਿਆ ਹੈ ਸੋ ਆਸਕਰ ਅਵਾਰਡ ਦੇ ਲਈ ਉਹਨਾਂ ਦੀ ਫਿਲਮ ਨਾਮਿਨੇਟਡ ਹੋਈ ਸੀ ਸੋ ਉਸ ਤੋਂ ਬਾਅਦ ਉਹਨਾਂ ਨੂੰ ਯੂਕੇਸ਼ੀਅਨ ਅਵਾਰਡ ਦੇ ਨਾਲ ਨਿਵਾਜਿਆ ਗਿਆ ਤੇ ਪੀਟੀਸੀ ਅਵਾਰਡ ਉਹਨਾਂ ਨੂੰ ਮਿਲ ਚੁੱਕਿਆ ਤੇ ਸਭ ਤੋਂ ਵੱਡਾ ਅਵਾਰਡ ਜਿਹੜਾ ਹੈ ਆਡੀਅנס ਦਾ ਅਵਾਰਡ ਹੁੰਦਾ ਹੈ ਜਿਹੜਾ ਉਹਨਾਂ ਨੂੰ ਅਪਣਾ ਲੈਣਾ ਉਹਨਾਂ ਦੇ ਹਰ ਇੱਕ ਗੀਤ ਨੂੰ ਪਿਆਰ ਕਰਨਾ ਔਰ ਕਦੇ ਨਾ ਭੁੱਲਣ ਵਾਲਾ ਔਰ ਸਭ ਤੋਂ ਉੱਚ ਕੋਟੀ ਦਾ ਕਹਿ ਸਕਦੇ ਆ ਸਭ ਤੋਂ ਟਾਪ ਤੇ ਰਹਿਣ ਵਾਲਾ ਉਹ ਗਾਇਕ ਜਿਸ ਨੂੰ ਮੰਨਦੇ ਨੇ ਗੁਰਦਾਸ ਮਾਨ ਸਾਹਿਬ ਜਦੋਂ ਕਿਸੇ ਦੇ ਨਾਲ ਕੋਈ ਗੱਲ ਕਰ ਲੋ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਕਿ ਸਭ ਤੋਂ ਵਧੀਆ ਗਾਇਕੀ ਕੀ ਦੀ ਹੈ ਪਰਿਵਾਰ ਦੇ ਵਿੱਚ ਬੈਠ ਕੇ ਕਿਹਨਾਂ ਦੇ ਗੀਤ ਸੁਣੇ ਜਾ ਸਕਦੇ ਨੇ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਗੁਰਦਾਸ ਮਾਨ ਸਾਹਿਬ ਦਾ ਕਿਉਂਕਿ ਉਹਨਾਂ ਦਾ ਕੋਈ ਅਜਿਹਾ ਗੀਤ ਅੱਜ ਤੱਕ ਨਹੀਂ ਸੁਣਿਆ ਹੋਵੇਗਾ ਜਿਹੜਾ ਅਸੀਂ ਕਿਆ ਹੋਵੇ ਕਿ ਇਹ ਗੀਤ ਸ਼ਾਇਦ ਅਸੀਂ ਕੱਲਿਆਂ ਸੁਣਿਆ ਹੁੰਦਾ ਤਾਂ ਜ਼ਿਆਦਾ ਵਧੀਆ ਸੀ ਕਿਉਂਕਿ ਹਰ ਇੱਕ ਗੀਤ ਜਿਹੜਾ ਹੈ ਬਹੁਤ ਵਧੀਆ ਹੁੰਦਾ ਹੈ ਉਸਦੇ ਲਿਰਿਕਸ ਬਹੁਤ ਵਧੀਆ ਹੁੰਦੇ ਨੇ ਸੋ ਇਥੋਂ ਹੀ ਪਹਿਚaan ਹੁੰਦੀ ਹੈ ਕਿ ਗਾਇਕ ਜੋ ਹੈ ਉਹ ਕਿਹੜੇ ਗੀਤਾਂ ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਹੈ ਕਿਹੜੇ ਗੀਤਾਂ ਨੂੰ ਜ਼ਿਆਦਾ ਵਡਾਵਾ ਦੇ ਰਿਹਾ ਸੋ ਗੁਰਦਾਸ ਮਨ ਸਾਹਿਬ ਦੇ ਹਰ ਇੱਕ ਗੀਤ ਜਿਹੜੇ ਨੇ ਆਡੀਅנס ਨੇ ਪਸੰਦ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਗੁਰਦਾਸ ਮਨ ਸਾਹਿਬ ਦਾ ਜਿਹੜਾ ਵੀ ਗੀਤ ਆਏਗਾ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹਾਂ ਗੁਰਦਾਸ ਮਨ ਸਾਹਿਬ ਜਿਨ੍ਹਾਂ ਨੇ ਬਹੁਤ ਸਾਰੇ ਅਚੇਹ ਗੀਤ ਦਿੱਤੇ ਆ ਜਿਨ੍ਹਾਂ ਨੂੰ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਆ ਭਾਵੇਂ ਉਹ ਮਾਂ ਦੀ ਗੱਲ ਹੋਵੇ ਠੰਡੀ ਛਾਂ ਦੀ ਗੱਲ ਹੋਵੇ ਜਿਵੇਂ ਉਹਨਾਂ ਨੇ ਗੀਤ ਇੱਕ ਇੰਡਸਟਰੀ ਦੇ ਵਿੱਚ ਸੁਣਾਇਆ ਆਪਣੇ ਲਾਈਫ ਸਟੇਜ ਤੋਂ ਸੁਣਾਇਆ ਜਾਂ ਫਿਰ ਉਹਨਾਂ ਦਾ ਗੀਤ ਜਦੋਂ ਵੀ ਅਸੀਂ ਸੁਣਦੇ ਆ ਮਾਂਵਾ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਜਾਂ ਫਿਰ ਉਹਨਾਂ ਨੇ ਸੁਖਮਨੀ ਮੂਵੀ ਦੇ ਵਿੱਚ ਇੱਕ ਗੀਤ ਗਾਇਆ ਸੀ ਓ ਮੇਰੀ ਨੰਨੀ ਸੀ ਗੁੜੀਆ ਇਹ ਗੀਤ ਜਿਹੜਾ ਹਰ ਇੱਕ ਜਦੋਂ ਸੁਣਦਾ ਹੈ ਸੋ ਭਾਵੇਂ ਉਹ ਮਾਂ ਹੋਵੇ ਭਾਵੇਂ ਉਹ ਪਿਤਾ ਹੋਵੇ ਆਪਣੀ ਧੀ ਦੇ ਨਾਲ ਕੀ ਉਸ ਦਾ ਰਿਸ਼ਤਾ ਹੈ ਉਸ ਰਿਸ਼ਤੇ ਦੀ ਮਿਠਾਸ ਇਸ ਗਾਣੇ ਤੋਂ ਅਸੀਂ ਜਿਹੜਾ ਉਸ ਦਾ ਅੰਦਾਜ਼ਾ ਲਗਾ ਸਕਦੇ ਹਾਂ ਜਾਂ ਫਿਰ ਗੀਤ ਕੁੜੀਏ ਕਿਸਮਤ ਕੁੜੀਏ ਤੈਨੂੰ ਐਨਾ ਪਿਆਰ ਦਿਆਂ ਸੋ ਆਪਣੇ ਹਿੱਸੇ ਦੀ ਦੁਨੀਆ ਮੈਂ ਤੇithੋਂ ਵਾਰ ਦਿਆਂ ਇਹ ਗੀਤ ਜਿਹੜਾ ਹੈ ਬਹੁਤ ਹੀ ਵਧੀਆ ਗੀਤ ਹੈ ਰਿਸ਼ਤਿਆਂ ਦੀ ਜਿਹੜੀ ਤੰਦ ਹੈ ਉਸ ਨੂੰ ਪੱਕੀ ਰੱਖਣ ਵਾਲਾ ਗੀਤ ਹੈ ਰਿਸ਼ਤਿਆਂ ਦੀ ਤੰਦ ਨੂੰ ਸਮਝਣ ਵਾਲਾ ਗੀਤ ਕਿਉਂਕਿ ਰਿਸ਼ਤਿਆਂ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਵੱਜ ਜਾਂਦਾ ਹੈ ਗੰਡ ਪੈ ਜਾਂਦੀ ਹੈ ਤਾਂ ਉਸ ਨੂੰ ਸਮਝਣਾ ਬਾਤ ਮੁਸ਼ਕਿਲ ਹੋ ਜਾਂਦਾ ਹੈ ਸੋ ਬਹੁਤ ਸਾਰੇ ਜਹੇ ਗੀਤ ਇੰਡਸਟਰੀ ਦੇ ਵਿੱਚ ਗੁਰਦਾਸ ਮਨ ਸਾਹਿਬ ਨੇ ਦਿੱਤੇ ਨੇ ਜਿਨ੍ਹਾਂ ਨੂੰ ਅਸੀਂ ਸੁਣ ਕੇ ਆਪਣੇ ਰਿਸ਼ਤਿਆਂ ਦਾ ਅਹਿਸਾਸ ਜਿਹੜਾ ਹੈ ਉਹ ਲੈ ਸਕਦੇ ਹਾਂ ਸੋ ਬਹੁਤ ਸਾਰੇ ਗੀਤ ਪਰਿਵਾਰ ਦੇ ਵਿੱਚ ਬੈਠਣ ਵਾਲੇ ਗੁਰਦਾਸ ਮਨ ਸਾਹਿਬ ਦੀ ਜ਼ੁਬਾਨੀ ਅਸੀਂ ਜ਼ਰੂਰ ਸੁਣੇ ਨੇ ਸੂਚਨ ਸਾਡੇ ਅੱਜ ਦੇ ਫਨਕਾਰ ਉਮੀਦ ਕਰਦੀਆਂ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਪ੍ਰੋਗਰਾਮ ਅਗਲੀ ਵਾਰ ਨਵੇਂ ਫਨਕਾਰ ਦੇ ਨਾਲ ਤੇ ਉਹਨਾਂ ਦੀ ਨਵੀਂ ਕੀ ਜ਼ਿੰਦਗੀ ਦੀ ਰਸਪਰੀ ਕਹਾਣੀ ਹੈ ਕੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਮੱਲਾ ਮਾਰੀਆਂ ਨੇ ਕਿਵੇਂ ਸੰਘਰਸ਼ ਕੀਤਾ ਹੈ ਉਸ ਦੇ ਬਾਰੇ ਚ ਗੱਲਬਾਤ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਹੋਵੇਗੀ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ ਉਮੀਦ ਤੁਹਾਡੀ ਕੋਸ਼ਿਸ਼ ਸਾਡੀ